ਆਪਣੀ ਮਾਂ ਭਰਜਾਈ ਅਤੇ ਮਾਸੂਮ ਭਤੀਜੇ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਵੱਲੋਂ ਇਸ ਦੋਸ਼ੀ ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ। ਅੰਮ੍ਰਿਤਸਰ ਦੇ ਪਿੰਡ ਕੱਦੋਵਾਲੀ ਦੇ ਵਿੱਚ ਕੱਲ੍ਹ ਵਾਰਦਾਤ ਹੋਈ ਸੀ। ਇਸ ਆਰੋਪੀ ਦੇ ਵੱਲੋਂ ਆਪਣੀ ਮਾਂ ਭਰਜਾਈ ਤੇ ਭਤੀਜੇ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਤਾਂ ਖੁਦ ਇਸ ਦੇ ਵੱਲੋਂ ਸਰੈਂਡਰ ਕੀਤਾ ਗਿਆ। ਅੱਜ ਪੁਲਿਸ ਦੇ ਵੱਲੋਂ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਹੁਣ ਜੇਲ੍ਹ ਦੀ ਹਵਾ ਖਾਵੇਗਾ ਇਹ ਅੰਮ੍ਰਿਤਪਾਲ ਸਿੰਘ। ਘਰੇਲੂ ਕਲੇਸ਼ ਦੇ ਚੱਲਦੇ ਇਸਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਅਧਿਕਾਰੀ ਦੇ ਮੁਤਾਬਿਕ ਇਸ ਨੇ ਮਾਂ ਭਰਜਾਈ ਅਤੇ ਮਾਸੂਮ ਭਤੀਜੇ ਨੂੰ ਇਸ ਕਰਕੇ ਮਾਰਿਆ ਕਿਉਂਕਿ ਇਸ ਦੀ ਖੁਦ ਦੀ ਪਤਨੀ ਘਰੋਂ ਭਜਾਈ ਗਈ ਸੀ ਔਰ ਇਹ ਖਾਰ ਰੱਖਦਾ ਸੀ। ਇਸੇ ਕਰਕੇ ਘਰੇਲੂ ਕਲੇਸ਼ ਦੇ ਚੱਲਦੇ ਦਾਦਰ ਦੇ ਨਾਲ ਆਪਣੀ ਮਾਂ ਭਰਜਾਈ ਤੇ ਮਾਸੂਮ ਭਤੀਜੇ ਦਾ ਇਸ ਦੇ ਵੱਲੋਂ ਕਤਲ ਕੀਤਾ ਗਿਆ। ਤਾਂ ਹੁਣ ਅਦਾਲਤ ਵੱਲੋਂ ਇਸ ਦੋਸ਼ੀ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ। ਅਜਨਾਲਾ ਦੇ ਪਿੰਡ ਕੱਦੋਵਾਲੀ ਦੇ ਵਿੱਚ ਕੱਲ੍ਹ ਇਹ ਵਾਰਦਾਤ ਹੋਈ ਸੀ। ਮਾਮਲਾ ਇਹਨਾਂ ਆਪਣੇ ਮਾਤਾ ਅਤੇ ਭਰਜਾਈ ਦੇ ਛੋਟਾ ਜਿਹਾ ਬੱਚਾ ਉਹਨਾਂ ਦਾ ਕਤਲ ਕੀਤਾ ਸੀ, ਇਹਨੂੰ ਕੱਲ੍ਹ ਗ੍ਰਿਫਤਾਰ ਕੀਤਾ ਸੀ, ਅੱਜ ਮਾਨਯੋਗ ਅਦਾਲਤ ਪੇਸ਼ ਕੀਤਾ, ਹੁਣ ਇਹਨੇ ਜੁਡੀਸ਼ੀਅਲ ਲੈ ਚੱਲਿਆ ਜੇਲ੍ਹ ਛੱਡ ਗਿਆ। ਕਿੰਨੇ ਦਿਨ ਦਾ ਰਿਮਾਂਡ ਮਿਲਿਆ? ਰਿਮਾਂਡ ਨਹੀਂ ਲਿਆ, ਮਿਲਿਆ ਨਹੀਂ ਸੀ, ਜੁਡੀਸ਼ੀਅਲ ਦੀ ਤਫਤੀਸ਼ ਮੁਕੰਮਲ ਹੋ ਗਈ। ਕਾਰਨ ਕੋਈ ਪਤਾ ਲੱਗ ਸਕੇ ਕਿ ਕੀ ਕਾਰਨ? ਕਾਰਨ ਇਹਨਾਂ ਦਾ ਆਪਣਾ ਘਰੇਲੂ ਝਗੜਾ ਸੀ ਜੀ, ਮੇਰੀ ਮਿਸਿਜ ਜਿਹੜੀ ਰੁਸਕ ਗਈ ਸੀ ਡੇਢ ਕੁ ਸਾਲ ਤੋਂ ਪਹਿਲਾਂ, ਅਤੇ ਉਹਦੇ ਕਰਕੇ ਇਹਨਾਂ ਦੇ ਪਰਿਵਾਰਕ ਵਿੱਚ ਝਗੜਾ ਚੱਲਦਾ ਸੀ ਜਾਂਦੀ। ਮੇਰੀ ਮਾਤਾ 'ਤੇ ਦੋਸ਼ ਲਾਉਂਦਾ ਸੀ, ਭਰਜਾਈ 'ਤੇ ਵੀ ਉਹਨਾਂ ਘਰੇ ਘਰੋਂ ਕੱਢਿਆ, ਇਸ ਕਰਕੇ ਅਸੀਂ ਹਾਂਜੀ ਹਾਂਜੀ ਉੱਥੇ ਉਸ ਉਹ ਉਹੀ ਆਪਣੇ ਮਨ 'ਚ ਰੱਖਦਾ ਵੀ ਮੇਰੀ ਮਿਸਿਜ ਨੂੰ ਇਹਨਾਂ ਨੇ ਵੀ ਘਰ ਨਹੀਂ ਆਉਂਦੇ ਨੇ, ਲੜ ਲੜ ਕੇ ਕੱਢਿਆ ਇਹਨਾਂ ਨੂੰ, ਇਹੋ ਗੱਲ ਹੋਈ ਸੀ ਉੱਥੇ ਕਰਕੇ ਘਰੋਂ ਜੀ ਜੀ। ਆਪਣੀ ਮਾਂ ਭਰਜਾਈ ਅਤੇ ਮਾਸੂਮ ਭਤੀਜੇ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਵੱਲੋਂ ਇਸ ਦੋਸ਼ੀ ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ। ਅੰਮ੍ਰਿਤਸਰ ਦੇ ਪਿੰਡ ਕੱਦੋਵਾਲੀ ਦੇ ਵਿੱਚ ਕੱਲ੍ਹ ਵਾਰਦਾਤ ਹੋਈ ਸੀ। ਇਸ ਆਰੋਪੀ ਦੇ ਵੱਲੋਂ ਆਪਣੀ ਮਾਂ ਭਰਜਾਈ ਅਤੇ ਭਤੀਜੇ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਤਾਂ ਖੁਦ ਇਸ ਦੇ ਵੱਲੋਂ ਸਰੈਂਡਰ ਕੀਤਾ ਗਿਆ। ਅੱਜ ਪੁਲਿਸ ਦੇ ਵੱਲੋਂ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਹੁਣ ਜੇਲ੍ਹ ਦੀ ਹਵਾ ਖਾਵੇਗਾ ਇਹ ਅੰਮ੍ਰਿਤਪਾਲ ਸਿੰਘ। ਘਰੇਲੂ ਕਲੇਸ਼ ਦੇ ਚੱਲਦੇ ਇਸਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਅਧਿਕਾਰੀ ਦੇ ਮੁਤਾਬਿਕ ਇਸਨੇ ਮਾਂ ਭਰਜਾਈ ਅਤੇ ਮਾਸੂਮ ਭਤੀਜੇ ਨੂੰ ਇਸ ਕਰਕੇ ਮਾਰਿਆ ਕਿਉਂਕਿ ਇਸ ਦੀ ਖੁਦ ਦੀ ਪਤਨੀ ਘਰੋਂ ਭਜਾਈ ਗਈ ਸੀ ਔਰ ਇਹ ਖਾਰ ਰੱਖਦਾ ਸੀ। ਇਸੇ ਕਰਕੇ ਘਰੇਲੂ ਕਲੇਸ਼ ਦੇ ਚੱਲਦੇ ਦਾਦਰ ਦੇ ਨਾਲ ਆਪਣੀ ਮਾਂ ਭਰਜਾਈ ਅਤੇ ਮਾਸੂਮ ਭਤੀਜੇ ਦਾ ਇਸ ਦੇ ਵੱਲੋਂ ਕਤਲ ਕੀਤਾ ਗਿਆ। ਤਾਂ ਹੁਣ ਅਦਾਲਤ ਵੱਲੋਂ ਇਸ ਦੋਸ਼ੀ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ। ਅਜਨਾਲਾ ਦੇ ਪਿੰਡ ਕੱਦੋਵਾਲੀ ਦੇ ਵਿੱਚ ਕੱਲ੍ਹ ਇਹ ਵਾਰਦਾਤ ਹੋਈ ਸੀ। ਮਾਮਲਾ ਇਹਨਾਂ ਆਪਣੇ ਮਾਤਾ ਅਤੇ ਭਰਜਾਈ ਦੇ ਛੋਟਾ ਜਿਹਾ ਬੱਚਾ ਉਹਨਾਂ ਦਾ ਕਤਲ ਕੀਤਾ ਸੀ, ਇਹਨੂੰ ਕੱਲ੍ਹ ਗ੍ਰਿਫਤਾਰ ਕੀਤਾ ਸੀ, ਅੱਜ ਮਾਨਯੋਗ ਅਦਾਲਤ ਪੇਸ਼ ਕੀਤਾ, ਹੁਣ ਇਹਨੇ ਜੁਡੀਸ਼ੀਅਲ ਲੈ ਚੱਲਿਆ ਜੇਲ੍ਹ ਛੱਡ ਗਿਆ। ਕਿੰਨੇ ਦਿਨ ਦਾ ਰਿਮਾਂਡ ਮਿਲਿਆ? ਰਿਮਾਂਡ ਨਹੀਂ ਲਿਆ, ਮਿਲਿਆ ਨਹੀਂ ਸੀ, ਜੁਡੀਸ਼ੀਅਲ ਦੀ ਤਫਤੀਸ਼ ਮੁਕੰਮਲ ਹੋ ਗਈ। ਕਾਰਨ ਕੋਈ ਪਤਾ ਲੱਗ ਸਕੇ ਕਿ ਕੀ ਕਾਰਨ? ਕਾਰਨ ਇਹਨਾਂ ਦਾ ਆਪਣਾ ਘਰੇਲੂ ਝਗੜਾ ਸੀ ਜੀ, ਮੇਰੀ ਮਿਸਿਜ ਜਿਹੜੀ ਰੁਸਕ ਗਈ ਸੀ ਡੇਢ ਕੁ ਸਾਲ ਤੋਂ ਪਹਿਲਾਂ, ਅਤੇ ਉਹਦੇ ਕਰਕੇ ਇਹਨਾਂ ਦੇ ਪਰਿਵਾਰਕ ਵਿੱਚ ਝਗੜਾ ਚੱਲਦਾ ਸੀ ਜਾਂਦੀ। ਮੇਰੀ ਮਾਤਾ 'ਤੇ ਦੋਸ਼ ਲਾਉਂਦਾ ਸੀ, ਭਰਜਾਈ 'ਤੇ ਵੀ ਉਹਨਾਂ ਘਰੇ ਘਰੋਂ ਕੱਢਿਆ, ਇਸ ਕਰਕੇ ਅਸੀਂ ਹਾਂਜੀ ਹਾਂਜੀ ਉੱਥੇ ਉਸ ਉਹ ਉਹੀ ਆਪਣੇ ਮਨ 'ਚ ਰੱਖਦਾ ਵੀ ਮੇਰੀ ਮਿਸਿਜ ਨੂੰ ਇਹਨਾਂ ਨੇ
ਕਿ ਘਰ ਨਹੀਂ ਆਉਣ ਦਿੰਦੇ, ਲੜ ਲੜ ਲੁੜ ਕੇ ਕੱਢਿਆ ਇਹਨਾਂ ਨੂੰ, ਇਹੋ ਗੱਲ ਹੋਈ ਸੀ ਜੀ ਜੀ।